नमस्कार दोस्तों, मैं प्रीति शर्मा, द फैक्ट टाइम में आपका स्वागत है। हम पहुंचे हैं पंजाब के लोगों के पास। सीधी बात आपको दिखाएंगे कि आज पंजाब के लोग, इस समाज के लोग जो समाज के कार्यों में लगे हैं, वो क्या कहते हैं, क्या समाज को अब जरूरत है। सन डॉक्टर गुरमीत राम रहीम सिंह जी इंसा की बात करते हैं सीधा लोगों से। नमस्कार, नाम क्या आपका? भीम सिंह जी, थोनू की लगता है कि समाज में हुण जरूरत है सन डॉक्टर गुरमीत राम रहीम सिंह जी इंसा दी? जरूर जरूरत है जी, जरूरत क्यों नहीं, क्यों जरूरत है, मतलब की काम किए उन्होंने समाज लिए, देश भलाई लिए? तुसी ये लाओ जी, समाज वास्ते जना हुण इस टाइम जिन्हां बुराइयां बहुत ज्यादा बढ़ चुकी हैं जी जी, ते इस नूं इस तों छुटकारा संत ही वास्ते, होर कोई किसी की कोई ताकत नहीं है, संतां दा ही काम है ये, ते ये छुटकारा संत ही वास्ते है, ते ये बहुत जल्दी तो जल्दी संत आण तां कि इन्हां दी बुराइयां दा छुटकारा करन। ਤੁਹਾਨੂੰ ਕੀ ਲੱਗਦਾ ਅੱਜ ਤੱਕ ਉਹਨਾਂ ਨੇ ਕਿਹੜੀਆਂ ਬੁਰਾਈਆਂ ਨੂੰ ਰੋਕਿਆ, ਅੱਜ ਤੱਕ ਉਹਨਾਂ ਨੇ ਕੀਤਾ ਕੀ ਹੈ ਸਮਾਜ ਲਈ? ਪਹਿਲੀ ਗੱਲ ਤਾਂ ਇਹ ਜੀ, ਮੈਂ 1975 ਦਾ ਨਾਮ ਲਿੱਤਾ ਜੀ, ਤਾਂ ਮੇਰੇ ਤੋਂ ਚਾਹੇ ਨਾ ਪੁੱਛੋ, ਸਾਡੇ ਪੜੋਸੀਆਂ ਤੋਂ ਪੁੱਛ ਸਕਦੇ ਆ ਵੀ ਇਹਦੀ ਕੀ ਸਥਿਤੀ ਸੀ ਉਸ ਟਾਈਮ, ਮੇਰੀ ਵੀ ਨਾ ਪੁੱਛਣ ਚਾਹੇ, ਸਾਡੇ ਪੜੋਸੀਆਂ ਤੋਂ ਪੁੱਛ ਸਕਦੇ ਹਾਂ, ਅਤੇ ਜੋ ਉਹਨਾਂ ਨੇ ਮੇਰੇ ਅਕਾਲ ਦੇ ਵਿੱਚ ਠੰਡ ਪਾਈ ਹੈ, ਉਹ ਤਾਂ ਫਿਰ ਉਹ ਜਾਣਦੇ ਆ, ਅਤੇ ਸਾਡੀ ਆਤਮਾ ਜਾਣਦੀ ਕਿ ਅੱਜ ਵੀ ਤੁਸੀਂ ਉਹਨਾਂ 'ਤੇ ਉਵੇਂ ਵਿਸ਼ਵਾਸ, ਉਵੇਂ ਆਸਾ ਰੱਖਦੇ? ਅਸੀਂ ਤਾਂ ਰੱਖਦੇ ਵੀ ਹਾਂ, ਉਹ ਰੱਖਦੇ ਵੀ ਰਹਾਂਗੇ। ਇੰਨਾ ਵਿਸ਼ਵਾਸ, ਇੰਨੀ ਰਿਸਪੈਕਟ ਜਿਹੜਾ ਤੁਹਾਡੇ ਦਿਲ 'ਚ ਹੈ, ਅੱਖਾਂ ਵਿੱਚ ਵੀ ਆ ਰਹੀ ਹੈ, ਇੰਨੀ ਰਿਸਪੈਕਟ, ਇੰਨੀ ਪਿਆਰ ਕਿਉਂ ਉਹਨਾਂ ਲਈ? ਕੀ ਮਤਲਬ ਕੀ ਤੁਹਾਨੂੰ ਇਹੋ ਜਿਹਾ ਉਹਨਾਂ ਨੇ ਦਿੱਤਾ ਜਾਂ ਅੱਜ ਵੀ ਤੁਸੀਂ ਉਹਨਾਂ ਲਈ ਇੰਨੀ ਰਿਸਪੈਕਟ, ਇੰਨਾ ਸਤਿਕਾਰ ਕਰਦੇ ਹੋ? ਉਹਨਾਂ ਨੇ ਇੰਨਾ ਪਿਆਰ ਦਿੱਤਾ ਕਹਿਣ ਸੁਣ ਤੋਂ ਪਰੇ, ਉਹਨਾਂ ਫਿਰ ਨਾ ਮਿਲਦਾ ਉਸਦਾ ਤਾਂ ਉਸਦਾ ਦੁਨੀਆਂ 'ਚ ਵੀ ਨਾ ਆਉਂਦਾ, ਕਿਉਂਕਿ ਪਿਆਰ ਹੀ ਬਹੁਤ ਦਿੱਤਾ ਉਹਨਾਂ ਨੇ, ਮੇਰੀ ਜ਼ਿੰਦਗੀ ਬਚ ਗਈ ਹੈ, ਘਰ ਉਜੜਦੇ ਹੋਏ ਬਚਾਇਆ ਮੇਰਾ। ਜਿਹੜਾ ਕੰਮ ਉਹਨਾਂ ਨੇ ਕੀਤਾ ਉਹ ਤਾਂ ਉਹ ਜਾਣਦੇ ਆ, ਅਤੇ ਜਾਂ ਸਾਡੀ ਆਤਮਾ ਜਾਂਦੀ, ਪਰ ਅਸੀਂ ਤਾਂ ਇਹ ਕਹਿੰਦੇ ਸ਼ੁਭ ਕਰਮ ਕਰੋ ਅਤੇ ਬੁਰੇ ਕਰਮ ਤੋਂ ਬਚੋ। ਲੇਕਿਨ ਤੁਹਾਡਾ ਤਾਂ ਇੰਨਾ ਪਿਆਰਾ ਆਸਤਾ ਹੈ, ਅਤੇ ਦਿਖਾਵੇ ਦੀ ਗੱਲ ਨਹੀਂ ਹੈ, ਜਿਹੜੀ ਹੋ ਰਹੀ ਹੈ ਉਸੇ ਦੀ ਕਿਰਪਾ ਨਾਲ ਹੀ ਹੋ ਰਿਹਾ ਜੋ ਕੁਛ ਹੋ ਰਿਹਾ। ਮੇਰੀ ਆਤਮਾ ਜਿਸਨੂੰ ਅਤੇ ਬਰਾਈਆਂ ਤੋਂ ਬਚ ਕੇ ਛਾਇਆਂ ਜੁੜੋ, ਲੋਕਾਂ ਦੇ ਘਰ ਉਛੜੀ ਜਾਂਦੇ, ਉਹ ਘਰ ਉੱਜੜਦੇ ਉਦੋਂ ਬਚ ਜਾਣ, ਇਹ ਮਿਹਨਤੀ ਕਰਦਾ ਮੈਂ ਸਤਿਗੁਰੂ ਸਿੰਘ। ਤੁਹਾਨੂੰ ਕੀ ਲੱਗਦਾ ਉਹ ਘਰ ਦੇ ਉੱਜੜਦਿਆਂ ਨੂੰ ਬਚਾਉਣਗੇ? 100% 100% ਕੀ 1000% ਬਚਾਉਣਗੇ, ਉਹਨਾਂ ਦਾ ਕੰਮ ਹੀ ਉੱਜੜਦੇ ਘਰ ਬਚਾਉਣਾ, ਉੱਜੜਦੇ ਘਰਾਂ ਨੂੰ ਬਚਾਉਣਾ ਉਹਨਾਂ ਦਾ ਕੰਮ ਹੈ, ਹੋਰ ਕੋਈ ਵੀ ਨਹੀਂ ਬਚਾ ਸਕਦਾ। ਸਾਡੇ ਤੋਂ ਵੀ ਉਹਨਾਂ ਨੇ ਸੇਵਾ ਲਈ ਹੈ, ਅਤੇ ਸਾਨੂੰ ਵੀ ਬਹੁਤ ਖੁਸ਼ੀ ਮਿਲੀ ਹੈ ਇਸ ਚੀਜ਼ ਦੀ, ਜਿਹੜੇ ਘਰ ਵਿਚਾਰੀਆਂ ਤੁਹਾਡੀਆਂ ਭੈਣਾਂ ਬੈਠੀਆਂ ਸੀ, ਜਿੱਥੇ ਗੁਰੂ ਦਾ ਨਾਂ ਲੈ ਕੇ ਬੈਠ ਜਾ ਚਲੇ ਜਾਂਦੇ ਸੀ, ਉਹ ਘਰ ਦੇ ਵਿੱਚ ਅੱਜ ਵੀ ਭੈਣਾਂ ਸਾਨੂੰ ਯਾਦ ਕਰਦੀਆਂ। ਕਈ ਘਰਾਂ ਸਾਨੂੰ ਭੈਣਾਂ ਆਉਂਦੀਆਂ ਵਿਚਾਰੀਆਂ, ਕਹਿੰਦੇ ਸਾਡੇ ਘਰ ਵਿੱਚ ਕਲੇਸ਼ ਹੈ, ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਸੁਝਾਅ ਦਿੰਦੇ ਵੀ ਭੈਣੋ ਜੇ ਇੱਕ ਗੱਲ ਮੰਨ ਲਓਗੇ ਤੁਹਾਡੀ ਤਾਂ ਦੇਖ ਲਓ, ਅਸੀਂ ਤਾਂ ਤੁਹਾਨੂੰ ਉਹ ਦੱਸ ਸਕਦੇ ਹਾਂ। ਉਹ ਕਹਿੰਦੀ ਭੈਣ ਇੱਕ ਸਾਨੂੰ ਭੈਣ ਇਸ ਤਰ੍ਹਾਂ ਹੀ ਮਿਲੀ ਕਿ ਸਾਡੇ ਘਰ ਵਿੱਚ ਬੜਾ ਕਲੇਸ਼ ਹੈ, ਮੈਂ ਉਸਨੂੰ ਕਿਹਾ ਭੈਣੇ ਕਲੇਸ਼ ਹੈ ਤਾਂ ਇੱਕ ਗੱਲ ਮੰਨ ਲੈ। ਉਹ ਕਹਿੰਦੀ ਜ਼ਰੂਰ ਮੰਨਾਂਗੀ, ਮੈਂ ਮੈਨੂੰ ਮਹੀਨੇ ਮੈਂ ਆਪਣੇ ਆਪ ਦੱਸਣਾ, ਮੈਂ ਨਹੀਂ ਤੈਨੂੰ ਪੁੱਛਦਾ, ਮੈਂ 3 ਵਜੇ ਉੱਠ ਕੇ ਸਿਮਰਨ ਕਰਨਾ, ਸਿਮਰਨ ਕਰਨ ਤੋਂ ਬਾਅਦ ਤੂੰ ਆਪਣੇ ਆਪ ਦੱਸਣਾ, ਮੈਂ ਨਹੀਂ ਪੁੱਛਦਾ ਤੇਰੇ ਤੋਂ ਵੀ ਸਾਡੇ ਘਰ ਦੇ ਵਿੱਚ ਸੁਧਾਰ ਹੋਇਆ ਜਾਂ ਨਹੀਂ ਹੋਇਆ। ਉਹ 15 ਦਿਨਾਂ ਬਾਅਦ ਭੈਣ ਮੈਨੂੰ ਆਪਣੇ ਆਪ ਕਹਿਣ ਲੱਗੀ ਭਾਈ ਬਹੁਤ ਸੁਧਾਰ ਹੈ। ਸਰਕਾਰ ਨੂੰ ਕੀ ਅਪੀਲ ਕਰੋਗੇ ਤੁਸੀਂ ਸੰਤ ਮਹਾਤਮਾ ਜੀ ਲਈ, ਗੁਰੂ ਜੀ ਲਈ? ਸਰਕਾਰ ਤਾਂ ਵੈਸੇ ਇਹੀ ਬੇਨਤੀ ਕਰਾਂਗੇ ਬਸ ਵੀ ਸਾਡੇ ਗੁਰੂ ਸਾਡੇ ਵਾਪਸ ਆਉਣ, ਤਾਂ ਕਿ ਉਹ ਸਮਾਜ ਦੇ ਵਿੱਚ ਜੋ ਬੁਰਾਈਆਂ ਬਹੁਤ ਜ਼ਿਆਦਾ ਫੈਲ ਚੁੱਕੀਆਂ, ਆਹ ਦੇਖੋ ਕਿੰਨਾ ਹਾਰਾ ਆ ਰਿਹਾ, ਇਹਨਾਂ ਦੇ ਵਿੱਚ ਵੀ ਉਹ ਆ ਕੇ ਸਮਝਾਉਣ, ਤਾਂ ਕਿ ਸੇਵਾਦਾਰ ਵਿਚਾਰੇ ਉਹ ਸੇਵਾ ਨੂੰ ਕਰਨ, ਤਾਂ ਕਿ ਉਹਨਾਂ ਜ਼ਿੰਦਗੀਆਂ ਜੋ ਡੁੱਬ ਰਹੀਆਂ ਸਾਡੇ, ਉਹ ਵੀ ਭੈਣਾਂ ਬੱਚੇ ਛੋਟੇ ਛੋਟੇ ਦੇਖੋ ਡੁੱਬ ਰਹੇ ਹੁਣ ਦੇਖੋ, ਅਤੇ ਉਹ ਉਸ ਨੂੰ ਆ ਕੇ ਉਹਨਾਂ ਨੂੰ ਬਚਾਉਣ, ਉਹ ਵੀ ਜ਼ਰੂਰੀ ਹੈ ਨਾ, ਜਿਹੜੇ ਬੱਚੇ ਹੁਣ ਡੁੱਬ ਰਹੇ ਇਸ ਟਾਈਮ, ਉਹਨਾਂ ਦੇ ਸਮਝਾਉਣ ਨਾਲ ਸਾਡੇ ਦੇ ਵਿੱਚ ਵੀ ਉਤਸ਼ਾਹ ਹੋਏਗਾ, ਹੋਰ ਵੀ ਅਸੀਂ ਹੋਰ ਵੱਧ ਤੋਂ ਵੱਧ ਸੇਵਾ ਕਰੀਏ, ਕਰਦੇ ਤਾਂ ਹੁਣ ਵੀ ਹਾਂ ਪਰ ਉਹਦੇ ਨਾਲ ਹੋਰ ਵੀ ਸਾਡਾ ਉਤਸ਼ਾਹ ਵਧੇਗਾ, ਕਿਉਂਕਿ ਗੁਰੂ ਦਾ ਹੁਕਮ ਤਾਂ ਗੁਰੂ ਦਾ ਹੀ ਹੁਕਮ ਹੁੰਦਾ,
ਵੀ ਭਾਈ ਇਹ ਤਾਂ ਵੱਧ ਛੱਡ ਕੇ ਕਰੋ। ਸਾਨੂੰ ਪਹਿਲਾਂ ਵੀ ਕਹਿੰਦੇ ਸੀ, ਹੁਣ ਵੀ ਕਹਿੰਦੇ ਸੀ, ਘੱਗਰ ਨਦੀ 'ਤੇ ਅਸੀਂ ਗਏ ਤਾਂ ਉੱਥੇ ਵੀ ਉਹਨਾਂ ਨੇ ਮਤਲਬ ਬਹੁਤ ਸੇਵਾ ਕੀਤੀ ਅਤੇ ਸੰਗਤ ਤਰਾਮੇ ਤੋਂ ਟਰੱਕ ਭਰ ਕੇ ਗਿਆ ਉਸ ਟਾਈਮ, ਬਹੁਤ ਮਤਲਬ 2000 ਮਤਲਬ ਸ਼ਾਇਦ 2000 ਦੀ ਗੱਲ ਹੋਣੀ ਆ, ਉਸ ਟਾਈਮ ਕਾਫੀ ਨਦੀ ਆਈ ਸੀ, ਯਾਦ ਤਾਂ ਮੇਰੇ ਸਾਨੂੰ ਪੂਰਾ ਨਹੀਂ ਖੈਰ। ਤਾਂ ਉਸ ਟਾਈਮ ਵੀ ਹਜੂ ਮਹਾਰਾਜ ਨੇ ਬਾਈ ਬਹੁਤ ਮਤਲਬ ਸੇਵਾ ਸੰਗਤ ਨੇ ਕੀਤੀ, ਤਾਂ ਉਸ ਟਾਈਮ ਵੀ ਮਨ ਲੱਗਦਾ ਉਸ ਟਾਈਮ ਵੀ ਟੁੱਟਦੀ ਟੁੱਟਦੀ ਨਹਿਰ ਨਦੀ ਨੂੰ ਮਤ ਸੈੱਟ ਕੀਤਾ। ਤਾਂ ਜ਼ਿੰਦਗੀ ਬਚਾਉਣਾ ਤਾਂ ਮਾਰਨਾ ਤਾਂ ਇਨਸਾਨ ਨੂੰ ਜਦੋਂ ਮਾਰਨਾ ਤਾਂ ਬਹੁਤ ਆਸਾਨ ਹੈ, ਬਚਾਉਣਾ ਬੜਾ ਮੁਸ਼ਕਲ ਹੈ। ਇਹ ਅਤੀ ਜ਼ਰੂਰੀ ਤਾਂ ਇਨਸਾਨੀਅਤ ਇਹੀ ਹੈ ਵੀ ਜ਼ਿੰਦਗੀ ਬਚਾਓ, ਸੋਚੋ ਵੀ ਨਾ, ਬੁਰਾ ਤਾਂ ਸੋਚੋ ਵੀ ਨਾ, ਮਾਰਨਾ ਤਾਂ ਕੀੜੀ ਤੋਂ ਵੀ ਬਚ ਕੇ ਰਹੋ, ਅਤੇ ਬਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵੀ ਸਰਕਾਰ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਇਸ ਜੋ ਆਵਾਜ਼ ਸਾਡੀ ਆਤਮਾ ਦੀ ਆ ਰਹੀ ਹੈ, ਇਹ ਆਤਮਾ ਦੀ ਆਵਾਜ਼ ਸੁਣੀ ਹੈ, ਸਾਡੀ ਕੋਈ ਆਪਣੀ ਮਾਣ ਵਡਿਆਈ ਦੀ ਆਵਾਜ਼ ਨਹੀਂ ਹੈ, ਅਤੇ ਇਸ ਨੂੰ ਸੁਣ ਕੇ ਬਾਬਾ ਜੀ ਬਾਰੇ ਤੁਸੀਂ ਜ਼ਰੂਰ ਮਤਲਬ ਵਿਚਾਰ ਕਰੋ। ਬਹੁਤ ਬਹੁਤ ਧੰਨਵਾਦ। ਇਹ ਲੋਕ ਹੈ ਜੋ ਕਾਫੀ ਸਮੇਂ ਤੋਂ ਜਾ ਰਹੇ ਆ ਡੇਰਾ ਸੱਚਾ ਸੌਦਾ, ਇਹਨਾਂ ਨੇ ਤੁਹਾਨੂੰ ਸਾਰਾ ਕੁਛ ਦੱਸਿਆ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾ ਬਾਰੇ, ਡੇਰਾ ਸੱਚਾ ਸੌਦਾ ਬਾਰੇ, ਔਰ ਸਮਾਜ ਭਲਾਈ ਦੇ ਜੋ ਕੰਮ ਚੱਲ ਰਹੇ ਆ ਉਹਨਾਂ ਬਾਰੇ। ਅਤੇ ਇਹਨਾਂ ਦੀ ਮੰਗ ਹੈ ਕਿ ਬਸਦੇ ਘਰ ਨੂੰ ਵਸਾਉਣ ਲਈ ਅੱਜ ਜ਼ਰੂਰਤ ਹੈ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾ ਦੀ।